ਪੰਜਾਬ ਵਿੱਚ ਸੜਕ ਦੁਰਘਟਨਾਵਾਂ ਦੇ ਕਾਰਨ ਹਰ ਸਾਲ ਲਗਭਗ 4500 ਲੋਕਾਂ ਦੀ ਜਾਨ ਚਲੀ ਜਾਂਦੀ ਹੈ, ਲੇਕਿਨ ਸੂਬੇ ਦੇ ਵਿੱਚ ਇੱਕ ਵੀ ਟਰਾਮਾ ਸੈਂਟਰ ਕੰਮ ਨਹੀਂ ਕਰ ਰਿਹਾ। ਸੂਬਾ ਸਰਕਾਰ ਨੇ ਕਈ ਸਾਲ ਪਹਿਲੇ ਜਲੰਧਰ, ਪਠਾਨਕੋਟ, ਖੰਨਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਵਿੱਚ 5 ਟਰਾਮਾ ਸੈਂਟਰ ਖੋਲ੍ਹੇ ਸੀ, ਲੇਕਿਨ ਸਾਰੇ ਬੰਦ ਹੋ ਚੁੱਕੇ ਨੇ। ਇਸੀ ਦਾ ਰਿਐਲਿਟੀ ਚੈੱਕ ਕਰਨ ਦੇ ਲਈ ਪਹੁੰਚੇ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਦੇਖਿਆ ਤਾਂ ਟਰਾਮਾ ਸੈਂਟਰ ਤਾਂ ਚੱਲ ਰਿਹਾ, ਲੇਕਿਨ ਉੱਥੇ ਜਿੰਨੇ ਵੀ ਮਰੀਜ਼ ਆਪਣਾ ਇਲਾਜ ਕਰਵਾ ਰਹੇ ਸੀ ਉਹ ਸਾਰੇ ਵੈਂਟੀਲੇਟਰ 'ਤੇ ਸੀ। ਸਿੱਧੀ ਗੱਲ ਕੀਤੀ ਜਾਏ ਤਾਂ ਟਰਾਮਾ ਸੈਂਟਰ ਇਸ ਸਮੇਂ ਵੈਂਟੀਲੇਟਰ ਸੈਂਟਰ ਦਾ ਰੂਪ ਲੈ ਚੁੱਕਿਆ। ਇਸੇ ਦੇ ਸੰਬੰਧ ਵਿੱਚ ਅਸੀਂ ਸਿਵਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਰਾਜੀਵ ਸ਼ਰਮਾ ਤੋਂ ਗੱਲ ਕੀਤੀ ਅਤੇ ਉਹਨਾਂ ਨੇ ਦੱਸਿਆ ਕਿ ਟਰਾਮਾ ਸੈਂਟਰ ਪਹਿਲਾਂ ਦੀ ਤਰ੍ਹਾਂ ਚੱਲ ਰਿਹਾ ਅਤੇ ਕੋਈ ਵੀ ਤਰ੍ਹਾਂ ਦੇ ਮਰੀਜ਼ਾਂ ਦਾ ਇਲਾਜ ਉੱਥੇ ਚੱਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਕੋਰੋਨਾ ਕਾਲ ਵਿੱਚ ਟਰਾਮਾ ਸੈਂਟਰ ਨਹੀਂ ਬਲਕਿ ਪੂਰੇ ਸਿਵਲ ਹਸਪੀਟਲ ਨੂੰ ਕੋਵਿਡ ਸੈਂਟਰ ਬਣਾ ਦਿੱਤਾ ਗਿਆ ਸੀ ਅਤੇ ਸਿਵਲ ਹਸਪੀਟਲ ਦੀ ਸੁਵਿਧਾਵਾਂ ਇਸੀ ਹਸਪੀਟਲ ਦੇ ਵਿੱਚ ਮੁਹੱਈਆ ਕਰਵਾਈ ਗਈਆਂ ਸੀ। ਰਾਜੀਵ ਸ਼ਰਮਾ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਤੋਂ ਇਸੀ ਹਸਪੀਟਲ ਦੇ ਏਰੀਆ ਵਿੱਚ ਇੱਥੇ ਸਿਵਲ ਸਰਜਨ ਦਾ ਦਫ਼ਤਰ ਹੈ। ਇਸੀ ਪੁਰਾਣੀ ਬਿਲਡਿੰਗ ਨੂੰ ਰੈਨੋਵੇਟ ਕਰਕੇ ਕੇਅਰ ਸੈਂਟਰ ਬਣਾਉਣ ਜਾ ਰਹੇ ਹੈ, ਜਿਸ ਦਾ ਕੰਮ ਅਗਲੇ ਸਾਲ ਫਰਵਰੀ ਮਹੀਨੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ।